ਪੰਜਾਬ ਦੇ ਵਿੱਚ ਦੁਬਾਰਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ। ਅੱਜ ਹਿੰਦੂ ਸਮਾਜ ਨੂੰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਤਾਂ ਤਾਂ ਗਾਲਾਂ ਲਾਇਆ ਜਾਂਦਾ, ਮੰਦਰਾਂ 'ਚ ਜਾਇਆ ਜਾਂਦਾ, ਲੇਕਿਨ ਜਦੋਂ ਮਸਲੇ ਆ ਜਾਂਦੇ ਹਿੰਦੂ ਸਮਾਜ ਦੀਆਂ ਦਿੱਕਤਾਂ ਦੇ, ਸਾਨੂੰ ਇੱਕ ਪਰਚਾ ਕਰਾਉਣ ਦੇ ਲਈ ਜਦੋਂ ਕੋਈ ਫਿਲਮ ਦੇ ਵਿੱਚ ਗਾਣੇ 'ਚ ਕੋਈ ਬੇਅਦਬੀ ਹੁੰਦੀ ਹੈ, ਪਰਚਾ ਕਰਾਉਣ ਦੇ ਲਈ ਤੁਸੀਂ ਵੀ ਕਵਰ ਕਰਦੇ ਹੋ, ਧਰਨੇ ਲਾਉਣੇ ਪੈਂਦੇ ਆ। ਜਿਹੜੀ ਪੰਜਾਬ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਹਿੰਦੂਆਂ ਦੇ ਵਿਰੋਧੀ ਲਹਿਰ, ਚਾਹੇ ਕੋਈ ਵੀ ਲਾ ਲਓ, ਮੈਂ ਇਹ ਨਹੀਂ ਗੱਲ ਕਹਿੰਦਾ, ਚਾਹੇ ਸਿੱਖ ਗੱਲ ਕਰਦੇ ਆ ਉਹ ਵੀ ਹਿੰਦੂਆਂ ਨੂੰ ਆਪਣਾ ਵਿਰੋਧੀ ਕਹਿੰਦੇ ਆ, ਜੇ ਮੁਸਲਮਾਨਾਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ, ਈਸਾਈਆਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ। ਅਸੀਂ ਕਿਸੇ ਸਿਕਿਉਰਿਟੀ ਨਹੀਂ ਕਿਸੇ ਦੀ ਮੰਗਦੇ, ਜਿਹੜੇ ਲੀਡਰ ਨਿਸ਼ਾਨੇ 'ਤੇ ਨੇ, ਜਿਹੜੇ ਲੀਡਰਾਂ ਨੂੰ ਪਤਾ ਕਿ ਇਹ ਲੋਕ ਨਿਸ਼ਾਨੇ 'ਤੇ ਨੇ, ਉਹਨਾਂ ਦੀ ਸੁਰੱਖਿਆ ਦਿੱਤੀ ਜਾਏ, ਨਾ ਕਿ ਕਿਸੇ ਨਸ਼ਾ ਵੇਚਣ ਵਾਲੇ ਕਿਸੇ ਸੰਗਠਨ ਨੂੰ ਸਿਕਿਉਰਿਟੀ ਦਿੱਤੀ ਜਾਏ। ਮਤਲਬ ਇੱਕ ਸਨਾਤਨ ਅਲੱਗ ਖੜਾ ਅਤੇ ਬਾਕੀ ਸਾਰੇ ਧਰਮਾਂ ਦੇ ਨਾਲ ਮਤਲਬ ਸਾਨੂੰ ਟਾਰਗੇਟ ਕਰਕੇ ਕੀਤਾ ਜਾਂਦਾ। ਦਿਨ ਪਹਿਲਾਂ ਸਾਡੇ ਹਿੰਦੂ ਲੀਡਰ ਸੰਦੀਪ ਗੋਰਾ ਥਾਪਰ ਜੀ ਦੇ ਉੱਤੇ ਜਿਹੜਾ ਕੁਝ ਲੋਕਾਂ ਨੇ ਹਮਲਾ ਕੀਤਾ, ਪਹਿਲਾਂ ਤਾਂ ਉਹ ਨਿੰਦਣਯੋਗ ਹੈ, ਦੂਸਰਾ ਪੰਜਾਬ ਦੇ ਵਿੱਚ ਦੁਬਾਰਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ, ਉਹਦੇ ਜਿਹੜੇ ਸੁਧੀਰ ਸੂਰੀ ਨੂੰ ਮਾਰਨ ਵਾਲਾ ਕਾਤਲ, ਉਹਦੇ ਪੋਸਟਰ ਅੰਮ੍ਰਿਤਸਰ 'ਚ ਲਾਏ ਜਾ ਰਹੇ ਨੇ। ਥੋੜ੍ਹੇ ਦਿਨਾਂ ਬਾਅਦ ਦੇਖਿਓ ਇਹੋ ਸੰਦੀਪ ਗੋਰੇ ਨੂੰ, ਜਿਨ੍ਹਾਂ ਨੇ ਉਹਨਾਂ ਦੇ ਕਾਤਲੇ ਨਾਲ ਹਮਲਾ ਕੀਤਾ, ਉਹਦੇ ਪੋਸਟਰ ਲਾਏ ਜਾਣਗੇ। ਇਹ ਸਾਡਾ ਪੰਜਾਬ ਹੈ। ਜਿਹੜੇ ਰਣਨੀਤੀ ਇਹ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਜਿਹੜਾ ਧੱਕਾ ਹੋ ਰਿਹਾ, ਜਿਹੜਾ ਸ਼ਿਵ ਸੈਨਾ ਆਗੂਆਂ 'ਤੇ ਹਮਲੇ ਹੋ ਰਹੇ ਨੇ, ਇੱਕ ਹਿੰਦੂ ਬੋਰਡ ਬਣਾਇਆ ਜਾਏ, ਦੂਸਰਾ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜਲਦ ਤੋਂ ਜਲਦ, ਅਸੀਂ ਕਿਸੇ ਸਿਕਿਉਰਿਟੀ ਨਹੀਂ ਕਿਸੇ ਦੀ ਮੰਗਦੇ, ਜਿਹੜੇ ਲੀਡਰ ਨਿਸ਼ਾਨੇ 'ਤੇ ਨੇ, ਜਿਹੜੇ ਲੀਡਰਾਂ ਨੂੰ ਪਤਾ ਕਿ ਇਹ ਲੋਕ ਨਿਸ਼ਾਨੇ 'ਤੇ ਨੇ, ਉਹਨਾਂ ਦੀ ਸੁਰੱਖਿਆ ਦਿੱਤੀ ਜਾਏ, ਨਾ ਕਿ ਕਿਸੇ ਨਸ਼ਾ ਵੇਚਣ ਵਾਲੇ ਕਿਸੇ ਸੰਗਠਨ ਨੂੰ ਸਿਕਿਉਰਿਟੀ ਦਿੱਤੀ ਜਾਏ, ਨਾ ਕੋਈ ਜੇ ਕੋਈ ਮਾੜਾ ਕੰਮ ਕਰਦਾ। ਦੇਖੋ, ਜੇ ਮੈਂ ਕੋਈ ਤੁਹਾਡੇ ਪ੍ਰਤੀ, ਤੁਹਾਡੇ ਇੱਥੋਂ ਮੀਡੀਆ ਰਾਹੀਂ ਕੋਈ ਬਿਆਨ ਗਲਤ ਦਿੱਤਾ, ਮੇਰੇ 'ਤੇ ਕਾਰਵਾਈ ਕਰਾ ਸਕਦੇ ਆ। ਤੁਹਾਨੂੰ ਇਹ ਕਿੰਨੇ ਅਖਤਿਆਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਗੋਲੀਆਂ ਮਾਰੋ, ਤੁਸੀਂ ਉਹਨਾਂ ਨੂੰ ਵੱਢੋ? ਇਹ ਤਾਲਿਬਾਨ ਹੈ, ਇਹ ਪੰਜਾਬ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਜਦੋਂ ਵੀ ਗੱਲ ਆਉਂਦੀ, ਮੈਨੂੰ ਇੱਕ ਗੱਲ ਦਾ ਰੋਸ ਹੈ, ਅਸੀਂ ਰੋਲਾ ਪਾਉਂਦੇ ਹਿੰਦੂ ਸਿੱਖ, ਅਸੀਂ ਭਾਈ ਭਾਈ ਹਾਂ, ਪਰ ਕਿਸੇ ਸਿੱਖ ਜਥੇਬੰਦੀ ਨੇ ਉਸ ਗੋਰੇ ਥਾਪਰ ਵਾਲੀ ਨਿੰਦਾ ਨਹੀਂ ਕੀਤੀ ਕਿ ਜਿਹੜਾ ਹਮਲਾ ਕੀਤਾ ਗਲਤ ਕੀਤਾ। ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਇਹ ਗੱਲਾਂ ਕਰਦੇ ਨੇ, ਕੋਈ ਕਾਰਵਾਈ, ਦੋ ਬੰਦੇ ਫੜੇ ਆ, ਉਹਦੇ ਵਿੱਚ ਸਾਨੂੰ ਪਤਾ ਲੱਗਾ, ਗੱਲ ਆ ਰਹੀ ਹੈ ਕਿ ਉਹ ਨਸ਼ੇੜੀ ਹੈ ਜੀ, ਉਹ ਨਸ਼ੇੜੀ ਹੈ। ਤੂੰ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਪਏ, ਕਿਸੇ ਹੋਰ ਨੂੰ ਨਹੀਂ ਪਏ, ਉਹਨਾਂ ਨੂੰ ਗੋਰਾ ਥਾਪਰ ਕਿਉਂ ਲੱਭਾ? ਨਹੀਂ, ਮੈਨੂੰ ਤੇ ਵੀ ਇਨਸਾਫ, ਮੇਰੇ ਵਾਲੇ ਬੰਦੇ ਫੜ ਲਏ ਸੀ ਪੁਲਿਸ ਨੇ, ਮੇਰੇ ਵਾਲੇ ਬੰਦੇ 10 ਫੜ ਲਏ, ਇੱਕ ਪਾਕਿਸਤਾਨ 'ਚ ਬੈਠਾ ਸੀ। ਬਾਕੀ ਗੱਲ ਇਹ ਹੈ, ਲਾਸਟ ਵਿੱਚ ਮੈਂ ਇੱਕ ਗੱਲ ਕਹਾਂਗਾ ਕਿ ਜੋ ਪੰਜਾਬ ਦੇ ਵਿੱਚ ਹਿੰਦੂ ਸ਼ਿਵ ਸੈਨਾ ਹਿੰਦੂਆਂ ਪ੍ਰਤੀ ਕੀਤਾ ਜਾ ਰਿਹਾ, ਬਹੁਤ ਗਲਤ ਹੈ, ਨਿੰਦਣਯੋਗ ਹੈ। ਮੈਂ DGP ਸਾਹਿਬ ਕੋਲ ਇਹ ਮੰਗ ਕਰਾਂਗਾ, DGP ਸਾਹਿਬ ਕਿੰਨੀ ਕੁ ਦੇਰ ਚੁੱਪ ਰਹੋਗੇ, ਕਿੰਨੀ ਦੇਰ ਮੁੱਖ ਮੰਤਰੀ ਸਾਹਿਬ ਚੁੱਪ ਰਹਿਣਗੇ, ਕਿੰਨੀ ਦੇਰ ਇਹਨਾਂ ਦੇ ਮੰਤਰੀ ਚੁੱਪ ਰਹਿਣਗੇ? ਇਹ ਉਨੀ ਦੇਰ ਤੱਕ ਇੱਥੇ ਕਿਸੇ ਹੋਰ ਕਿਸੇ ਸੰਗਠਨ 'ਤੇ ਜਾਂ ਕਿਸੇ ਹੋਰ ਕੌਮ ਦੇ ਲੀਡਰ 'ਤੇ ਹਮਲਾ ਹੋਇਆ ਹੁੰਦਾ, ਉੱਥੇ ਮੁੱਖ ਮੰਤਰੀ ਵੀ ਪਹੁੰਚਦਾ, ਉੱਥੇ ਮੰਤਰੀ ਵੀ ਪਹੁੰਚਦੇ। ਗੋਰਾ ਥਾਪਰ ਦਾ ਹਾਲ ਪੁੱਛਣ ਦੀ ਕੋਈ ਮੰਤਰੀ ਨਹੀਂ ਜੀ, ਬਿਲਕੁਲ ਨਹੀਂ ਸੰਤੁਸ਼ਟ, ਪੁਲਿਸ ਖੁਲਾਸਾ ਕਰੇ। ਸਮਝਦਾ, ਬੇਸ਼ੱਕ ਬੇਹੱਦ ਨਿੰਦਣਯੋਗ ਅਤੇ ਅਫਸੋਸਜਨਕ ਘਟਨਾ ਲੁਧਿਆਣੇ ਸ਼ਿਵ ਸੈਨਾ ਆਗੂ ਗੋਰਾ ਥਾਪੜ ਜੀ ਨਾਲ ਹੋਈ,
ਲੇਕਿਨ ਉਸ ਤੋਂ ਬਾਅਦ ਮੈਂ ਸਮਝਦਾ ਪੰਜਾਬ ਦਾ 45% ਜਿਹੜਾ ਹਿੰਦੂ ਸਮਾਜ ਹੈ ਔਰ ਜਿਹੜੇ ਉਹਨਾਂ ਦਾ ਅਗਵਾਈ ਕਰਨ ਵਾਲਾ ਹਿੰਦੂ ਸੰਗਠਨ ਹੈ, ਅੱਜ ਸਾਰੇ ਸੰਗਠਨ ਪੰਜਾਬ 'ਚੋਂ ਕੋਈ ਇੱਕ ਤਾਂ ਮੈਂ ਨਾਂ ਨਹੀਂ, ਜਿੰਨੇ ਸੰਗਠਨ ਨੇ ਸਾਰੇ ਇੱਕ ਮੰਚ 'ਤੇ ਇਕੱਠੇ ਹੋਏ ਹੈ, ਸਭ ਨੇ ਹਿੰਦੂ ਸਮਾਜ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਇੱਥੇ ਇੱਕ ਰਣਨੀਤੀ ਤੈਅ ਕੀਤੀ ਹੈ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਿੰਦੂਆਂ 'ਚ ਅਲੱਗ ਜਗਾਉਣ ਲਈ ਜਾਗੋ ਕੱਢੀ ਜਾਣੀ ਹੈ। ਜਿਹੜਾ ਲਗਾਤਾਰ ਹਿੰਦੂ ਆਗੂਆਂ ਦੇ ਹਮਲੇ ਹੁੰਦੇ ਆ, ਘਾਇਲਾਂ ਨੂੰ 50 ਲੱਖ ਰੁਪਇਆ ਅਤੇ ਸਰਕਾਰੀ ਨੌਕਰੀ, ਔਰ ਜਿਹੜਾ ਕੋਈ ਕਤਲੇਆਮ ਕਿ ਸ਼ਹੀਦ ਕੀਤਾ ਗਿਆ ਹਿੰਦੂ ਕਿਸੇ ਆਗੂ ਨੂੰ, ਉਸ ਪਰਿਵਾਰ ਨੂੰ 1 ਕਰੋੜ ਰੁਪਈਆ ਅਤੇ ਉਸ ਪਰਿਵਾਰ ਦੇ ਇੱਕ ਆਗੂ ਨੂੰ ਜਿਹੜੀ ਨੌਕਰੀ ਸਰਕਾਰੀ। ਕਿਉਂਕਿ ਜਦੋਂ ਅੱਜ ਦੇਖੋ 1 ਹਫ਼ਤਾ ਪਹਿਲਾਂ ਹੀ ਜਾਂ 20 ਦਿਨ ਪਹਿਲਾਂ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੇ ਵਿੱਚ ਸ਼ੁਭਕਰਨ ਦੀ ਬੜੀ ਇੱਕ ਮੈਂ ਸਮਝਦਾ ਮੰਦਭਾਗੀ ਗੱਲ ਹੈ, ਉਹਦੀ ਮੌਤ ਹੋ ਜਾਂਦੀ ਹੈ, ਸ਼ਹੀਦ ਹੁੰਦਾ ਭਰਾ ਸਾਡਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਮੁੱਖ ਮੰਤਰੀ ਸਾਹਿਬ ਕਿੱਦਾਂ ਸਮਾਂ ਕੱਢ ਕੇ ਉਹਦੇ ਪਰਿਵਾਰ ਲਈ 1 ਕਰੋੜ ਦਾ ਚੈੱਕ ਅਤੇ ਸਰਕਾਰੀ ਨੌਕਰੀ ਜਿਹੜੀ ਆ ਉਹ ਦੇ ਦਿੰਦੇ ਆ, ਕਿਤੇ ਨਾ ਕਿਤੇ ਕਿਸਾਨਾਂ ਦਾ ਪ੍ਰੈਸ਼ਰ ਬਣਿਆ। ਅੱਜ ਹਿੰਦੂ ਸਮਾਜ ਨੂੰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਤਾਂ ਤਾਂ ਗਾਲਾਂ ਲਾਇਆ ਜਾਂਦਾ, ਮੰਦਰਾਂ 'ਚ ਜਾਇਆ ਜਾਂਦਾ, ਲੇਕਿਨ ਜਦੋਂ ਮਸਲੇ ਆ ਜਾਂਦੇ ਹਿੰਦੂ ਸਮਾਜ ਦੀਆਂ ਦਿੱਕਤਾਂ ਦੇ, ਸਾਨੂੰ ਇੱਕ ਪਰਚਾ ਕਰਾਉਣ ਦੇ ਲਈ ਜਦੋਂ ਕੋਈ ਫਿਲਮ ਦੇ ਵਿੱਚ ਗਾਣੇ 'ਚ ਕੋਈ ਬੇਅਦਬੀ ਹੁੰਦੀ ਹੈ, ਪਰਚਾ ਕਰਾਉਣ ਦੇ ਲਈ ਤੁਸੀਂ ਵੀ ਕਵਰ ਕਰਦੇ ਹੋ, ਧਰਨੇ ਲਾਉਣੇ ਪੈਂਦੇ ਆ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਸੰਤ ਸਮਾਜ ਦੀ ਅਗਵਾਈ 'ਚ ਮੁੱਦਿਆਂ ਦੇ ਸਭ ਨੇ ਪ੍ਰਸਤਾਵ ਜਿਹੜਾ ਵਾ ਉਹ ਹਾਮੀ ਭਰੀ ਹੈ, ਸਭ ਨੇ ਸਮਰਥਨ ਜਿਤਾਈ ਹੈ, ਸਮਰਥਨ ਕੀਤਾ ਇਸ ਗੱਲ ਦਾ, ਔਰ ਇਹ ਕੇਵਲ ਅੱਜ ਤੱਕ ਸੀਮਤ ਨਹੀਂ ਰਹੂਗਾ। ਇਹਨਾਂ ਮੁੱਦਿਆਂ ਦੇ ਵਿੱਚ ਇੱਕ ਤਾਂ ਹਿੰਦੂ ਬੋਰਡ ਜਿਹੜਾ ਆਏ ਦਿਨ ਜਿਹੜੀ ਆ ਸਾਡੀ ਧਰਮ ਦੀ ਬੇਅਦਬੀ ਹੁੰਦੀ ਹੈ, ਮੰਦਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ, ਸਾਡੇ ਮੰਦਰਾਂ ਦਾ ਮੈਂ ਸਮਝਦਾ ਜਿਹੜਾ ਪੈਸਾ ਉਹ ਸਰਕਾਰਾਂ ਦੇ ਹੈਂਡਓਵਰ ਹੈ, ਕਿਉਂ ਸਾਡੇ ਸਮਾਜ ਨੂੰ ਉਹ ਪੈਸਾ ਨਹੀਂ ਮਿਲਦਾ, ਕਿਉਂ ਸਾਡੇ ਸਮਾਜ ਨੂੰ ਪ੍ਰਫੁੱਲਿਤ ਨਹੀਂ ਕੀਤਾ ਜਾਂਦਾ। ਸਾਡੇ ਬਹੁਤ ਸਾਰੇ ਐਸੇ ਪਰਿਵਾਰ ਨੇ, ਧਰਮ ਪਰਿਵਰਤਨ ਦੀ ਗੱਲ ਹਰ ਕੋਈ ਕਰਦਾ ਲੇਕਿਨ ਉਹਦੀ ਜੜ੍ਹ ਕੀ ਹੈ? ਬੇਰੁਜ਼ਗਾਰੀ, ਲੋਕਾਂ ਦੇ ਘਰ 'ਚ ਸਹੂਲਤਾਂ ਨਹੀਂ ਹੈ, ਉਹ ਮੰਦਰਾਂ ਦਾ ਪੈਸਾ ਸਹੀ ਸਹੂਲਤਾਂ 'ਚ ਲੱਗੇ, ਲੋਕਾਂ ਨੂੰ ਫ੍ਰੀ ਇਲਾਜ, ਫ੍ਰੀ ਸਿੱਖਿਆ ਮਿਲੇ, ਕਿਉਂ ਸਾਡਾ ਧਰਮ ਕਿਤੇ ਜਾਂਦਾ ਨਹੀਂ? ਸਨਾਤਨ ਧਰਮ ਬਹੁਤ ਵਿਸ਼ਾਲ ਧਰਮ ਹੈ। ਦੂਸਰਾ, ਇਹਦੇ ਵਿੱਚ ਅਸੀਂ ਜਿਹੜੇ ਪਰਿਵਾਰ ਜਿਨ੍ਹਾਂ ਉੱਪਰ ਹਮਲੇ ਹੋਏ ਆ, ਚਾਹੇ ਅੱਤਵਾਦ ਪੀੜਤ ਜਿਹੜੇ ਪੰਜਾਬ ਦੇ 35,000 ਨੇ, ਉਹਨਾਂ ਨੂੰ ਮੁਆਵਜ਼ੇ ਦੀ ਗੱਲ ਕੀਤੀ ਹੈ। ਤੀਸਰਾ ਤਾਂ ਬਹੁਤ ਅਹਿਮ, ਜਿਹੜਾ ਸਾਡੇ ਹਿੰਦੂ ਸਮਾਜ ਦੇ ਹਰ ਇੱਕ ਦੇਵੀ ਦੇਵਤਾ ਗੱਲ ਦੇ ਹੱਥ 'ਚ ਸ਼ਸਤਰ ਹੈ, ਸਾਨੂੰ ਵੀ ਤ੍ਰਿਸ਼ੂਲ ਜਿਹੜਾ ਭਗਵਾਨ ਭੋਲੇਨਾਥ ਦਾ, ਉਹ ਸਭ ਨੂੰ ਜਿਹੜੀ ਮਾਨਤਾ ਦਿੱਤੀ ਜਾਵੇ ਹਿੰਦੂ ਸਮਾਜ ਨੂੰ ਆਪਣੀ ਸੇਫਟੀ ਨੂੰ, ਕਿਉਂਕਿ ਪੰਜਾਬ ਦਾ ਹਿੰਦੂ ਅੱਜ ਅਸੁਰੱਖਿਅਤ ਮਹਿਸੂਸ ਕਰ ਰਿਹਾ ਲਗਾਤਾਰ। ਜਦ ਇਹ ਪਿਛਲੇ ਕੁਛ ਸਮੇਂ ਤੋਂ ਸਰਕਾਰ ਬਣੀ ਹੈ, ਲਗਾਤਾਰ ਪੰਜਾਬ ਦੇ ਵਿੱਚ ਹਿੰਦੂ ਆਗੂਆਂ 'ਤੇ ਹਮਲੇ ਹੋ ਰਹੇ ਹੈ, ਗੋਲੀਬਾਰੀ ਹੋ ਰਹੀ ਹੈ। ਅੱਜ ਵੀ ਦੇਖੋ ਪਟਿਆਲੇ ਦੇ ਵਿੱਚ ਅੰਬਰਨਾਥ ਯਾਤਰਾ ਤੋਂ ਵਾਪਸ ਪਰਤੀ ਬੱਸ ਦੇ ਉੱਤੇ 30-35 ਹਮਲਾਵਰਾਂ ਨੇ ਕਿਰਪਾਨਾਂ ਦੇ ਨਾਲ ਗੋਲੀਆਂ ਚਲਾ ਕੇ ਉਹਨਾਂ ਦੇ ਹਮਲਾ ਕੀਤਾ ਹੈ। ਇਹ ਲਗਾਤਾਰ ਪੰਜਾਬ 'ਚ ਕਦ ਤੱਕ ਚੱਲੇਗਾ ਅਤੇ ਪੰਜਾਬ ਦਾ ਹਿੰਦੂ ਕਿਹਦੀ ਵੇੜ 'ਚ ਹੈ? ਅੱਜ ਗੋਰਾ ਥਾਪੜ ਜੀ ਉੱਤੇ ਹਮਲਾ ਹੋਇਆ, ਸਾਡੇ ਜਿਹੜੇ ਜਿਨ੍ਹਾਂ ਨੂੰ ਦਰਕਿਨਾਰ ਕਰਤਾ, ਜਿਹੜੇ ਅੱਜ ਕੇਂਦਰ 'ਚ ਮੰਤਰੀ ਬਣੇ ਰਵਨੀਤ ਬਿੱਟੂ, ਉਹਨਾਂ ਕੋਲ ਇੱਕ ਧਾਰਮਿਕ ਫੰਕਸ਼ਨ 'ਚ ਪਹੁੰਚਣ ਦਾ ਸਮਾਂ ਸੀ, ਲੇਕਿਨ ਗੋਰਾ ਥਾਪੜ ਦਾ ਹਾਲ ਚਾਲ ਪਤਾ ਕਰਨ ਦਾ ਸਮਾਂ ਨਹੀਂ ਸੀ। ਜਿਹੜੇ ਇੱਥੋਂ ਚੁਣੇ ਗਏ ਰਾਜਾ ਵੜਿੰਗ ਜੀ, ਉਹਨਾਂ ਕੋਲ ਉਸ ਗੋਰਾ ਥਾਪੜ ਨੂੰ ਮਿਲਣ ਦਾ ਸਮਾਂ ਨਹੀਂ ਸੀ, ਲੇਕਿਨ ਵੋਟਾਂ ਤੋਂ ਪਹਿਲਾਂ ਹਰ ਇੱਕ ਜਿਹੜਾ ਵਾ ਰਾਜਨੀਤਿਕ ਦਲ ਸਾਨੂੰ ਗੱਲ ਨਾਲ ਲਾਉਣ ਦੀ ਗੱਲ ਕਰਦਾ, ਲੇਕਿਨ ਵੋਟਾਂ ਤੋਂ ਬਾਅਦ ਭੁੱਲ ਜਾਂਦਾ। ਬਿਲਕੁਲ, ਇਸ ਕੇਸ ਦੇ ਵਿੱਚ NIA ਜਾਂਚ ਦੀ ਮੰਗ ਕੀਤੀ ਹੈ ਔਰ ਬਿਲਕੁਲ ਸਪਸ਼ਟ ਫੇਅਰ ਜਾਂਚ ਹੋਣੀ ਚਾਹੀਦੀ, ਕਿਉਂਕਿ ਲਗਾਤਾਰ ਹੀ ਪੰਜਾਬ 'ਚ ਹੋ ਗਿਆ, ਟਾਰਗੇਟ ਕਿਲਿੰਗ ਹੋ ਰਹੀਆਂ, ਲਗਾਤਾਰ ਪੰਜਾਬ 'ਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਔਰ ਜਿਹੜਾ ਦੇਸ਼ ਇੱਧਰ ਦੀ ਗੱਲ ਕਰਦਾ, ਬੜੀ ਦੇਖੋ ਇੱਕ ਹੈਰਾਨੀ ਦੀ ਗੱਲ ਹੈ, ਗੋਰਾ ਥਾਪੜ ਇੰਸੀਡੈਂਸ ਤੋਂ ਬਾਅਦ, ਇਸ ਹਮਲੇ ਤੋਂ ਬਾਅਦ ਜਦੋਂ ਪੂਰੇ ਦੇਸ਼ 'ਚ ਚਰਚਾ ਹੋਈ ਤੁਹਾਡੀ ਬਦੌਲਤ, ਮੀਡੀਆ ਦੀ ਬਦੌਲਤ, ਤਾਂ ਲੁਧਿਆਣੇ ਦੇ CP ਸਾਹਿਬ ਵੱਲੋਂ ਇੱਕ ਆਰਡਰ ਜਾਰੀ ਹੁੰਦਾ ਹੇਟ ਸਪੀਚ ਦੇ ਉੱਤੇ, ਇਹ ਆਰਡਰ ਉਦੋਂ ਕਿਉਂ ਨਹੀਂ ਜਾਰੀ ਹੁੰਦੇ ਜਦੋਂ ਇਸ ਹਮਲੇ ਤੋਂ ਬਾਅਦ ਕੁਝ ਲੋਕ ਹਿੰਦੂ ਸਮਾਜ ਨੂੰ ਟਾਰਗੇਟ ਕਰਦੇ ਆ, ਜਾਗੋ ਕੱਢਣ ਦੀ ਗੱਲ ਕਰਦੇ ਆ, ਇਹ ਉਹਨਾਂ ਵੱਲੋਂ ਕਿਉਂ ਨਹੀਂ ਇਹ ਹੇਟ ਸਪੀਚ ਦੇ ਆਰਡਰ ਜਾਰੀ ਕੀਤੇ ਜਾਂਦੇ? ਬਿਲਕੁਲ, ਮੀਟਿੰਗ ਹਾਲੇ ਚੱਲ ਰਹੀ ਹੈ, ਸਾਡੇ ਹਿੰਦੂ ਆਗੂ ਸਾਰੇ ਇੱਕਮਤ ਹੋ ਕੇ ਬੈਠੇ ਆ ਔਰ ਅੱਗੋਂ ਵੀ ਇਸ ਤਰੀਕੇ ਦੇ ਨਾਲ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੀਟਿੰਗ ਹੋਏਗੀ। ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ, ਤੁਸੀਂ ਹਰ ਵਾਰੀ ਸਾਡੀ ਹਿੰਦੂ ਸਮਾਜ ਦੀ ਆਵਾਜ਼ ਬਣ ਕੇ ਲੋਕਾਂ ਤੱਕ, ਪ੍ਰਸ਼ਾਸਨ ਤੱਕ ਸਾਡੀ ਆਵਾਜ਼, ਸਾਡੇ ਸਮਾਜ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਹੋ, ਤੁਹਾਡੇ ਧਿਆਨ 'ਤੇ ਬਹੁਤ ਬਹੁਤ ਧੰਨਵਾਦ ਹੈ।
ਮਾਫ਼ੀ ਵੀ ਮੰਗਦਾ ਵੀ ਸਾਡੇ ਟਾਈਮ ਜਿਹੜਾ ਮੀਟਿੰਗ ਦਾ ਥੋੜ੍ਹਾ ਵੱਧ ਗਿਆ, ਉਹਦੇ ਕਰਕੇ ਤੁਹਾਨੂੰ ਥੋੜ੍ਹੀ ਜਿਹੀ ਪਰੇਸ਼ਾਨੀ ਦਾ ਸਾਹਮਣਾ ਝੇਲਣਾ ਪਿਆ। ਅੱਜ ਜਿਹੜੀ ਮੀਟਿੰਗ ਸੀ, ਤੁਹਾਨੂੰ ਪਤਾ ਬੀਤੇ ਦਿਨੀ ਸਾਡੇ ਵੱਡੇ ਭਰਾ ਸੰਦੀਪੁਰਾ ਥਾਪੜ ਦੇ ਉੱਤੇ ਇੱਕ ਕਾਤਲਾਨਾ ਹਮਲਾ ਜਿਹੜਾ ਵੱਖਵਾਦੀ ਤਾਕਤਾਂ ਆਤੰਕਵਾਦੀ ਤਾਕਤਾਂ ਵੱਲੋਂ ਕੀਤਾ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਹਿੰਦੂ ਸ਼ਕਤੀ ਨੂੰ ਪੂਰੇ ਪੰਜਾਬ ਤੋਂ ਜਿਹੜੇ ਹਿੰਦੂ ਸੰਗਠਨ ਨੇ ਵੱਖ ਵੱਖ ਜਿਹੜੇ ਹਿੰਦੂ ਸ਼ਕਤੀ ਲਈ ਕੰਮ ਕਰਦੇ ਨੇ, ਸਨਾਤਨ ਧਰਮ ਲਈ ਕੰਮ ਕਰਦੇ ਨੇ, ਅਸੀਂ ਅੱਜ ਉਹਨਾਂ ਨੂੰ ਇੱਕ ਸੱਦਾ ਦਿੱਤਾ ਸੀ ਮੀਟਿੰਗ ਦਾ, ਇੱਥੇ ਬੁਲਾਇਆ ਸੀ ਲੁਧਿਆਣੇ ਦੀ ਧਰਤੀ 'ਤੇ ਵੀ, ਅਸੀਂ ਇਕੱਠੇ ਹੋ ਕੇ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਹਿੰਦੂਆਂ ਦੇ ਵਿਰੋਧੀ ਲਹਿਰ, ਚਾਹੇ ਕੋਈ ਵੀ ਲਾ ਲਓ, ਮੈਂ ਇਹ ਨਹੀਂ ਗੱਲ ਕਹਿੰਦਾ, ਚਾਹੇ ਸਿੱਖ ਗੱਲ ਕਰਦੇ ਆ ਉਹ ਵੀ ਹਿੰਦੂਆਂ ਨੂੰ ਆਪਣਾ ਵਿਰੋਧੀ ਕਹਿੰਦੇ ਆ, ਜੇ ਮੁਸਲਮਾਨਾਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ, ਈਸਾਈਆਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ। ਸੋ ਸਾਡੀ ਲੜਾਈ ਜਿਹੜੀ ਸਾਨੂੰ ਅਸੀਂ ਲੱਗਦੀ ਸਨਾਤਨ ਧਰਮ ਦੀ ਜਿਹੜੀ ਲੜਾਈ ਹੈ, ਉਹ ਸਟੇ ਮਤਲਬ ਇੱਕ ਸਨਾਤਨ ਅਲੱਗ ਖੜਾ ਅਤੇ ਬਾਕੀ ਸਾਰੇ ਧਰਮਾਂ ਦੇ ਨਾਲ ਮਤਲਬ ਸਾਨੂੰ ਟਾਰਗੇਟ ਕਰਕੇ ਕੀਤਾ ਜਾਂਦਾ। ਸਾਡੇ ਦੇਵੀ ਦੇਵਤਾਵਾਂ ਦੇ ਬਾਰੇ ਅਪਸ਼ਬਦ ਗਲਤ ਗਲਤ ਸ਼ਬਦਾਵਲੀ ਜਿਹੜੀ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਪਾਈ ਜਾਂਦੀ ਹੈ, ਉਹਨੂੰ ਲੈ ਕੇ ਅਸੀਂ ਜਦੋਂ ਪ੍ਰਸ਼ਾਸਨ ਕੋਲ ਵੀ ਜਾਂਦੇ ਹਾਂ ਅਤੇ ਉਹਦੇ ਉੱਤੇ ਕੋਈ ਕਾਰਵਾਈ ਦੇ ਨਾਮ 'ਤੇ ਸਿਰਫ ਲੋਲੀਪੌਪ ਦੇ ਕੇ ਸਾਨੂੰ ਵਾਪਸ ਦਿੱਤਾ ਜਾਂਦਾ। ਕੁਛ ਮੁੱਦੇ ਬਣਾ ਦਿਓ ਯਾਰ, ਬੁਲਾਇਆ ਪੇਪਰ ਬਣਾਓ। ਮੁੱਦੇ ਜਿਹੜੇ ਅੱਜ ਅਸੀਂ ਮੀਟਿੰਗ ਦੇ ਉੱਤੇ ਗਠਨ ਕੀਤੇ ਸੀ, ਉਹਦੇ 'ਚ ਇੱਕ ਸੀਗਾ, ਇੱਕ ਤਾਂ ਸੰਦੀਪ ਗੋਰਾ ਥਾਪਰ ਜੀ ਦੀ ਜਿਹੜੀ ਜਾਂਚ ਹੈ ਉਹ ਇੱਕ ਨੈਸ਼ਨਲ ਏਜੰਸੀ NIA ਤੋਂ ਜਾਂ CBI ਤੋਂ ਕਰਾਈ ਜਾਵੇ, ਉਹਦੇ ਲਈ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਾਊਗਾ ਗਵਰਨਰ ਸਾਹਿਬ ਨੂੰ। ਔਰ ਉਸ ਤੋਂ ਬਾਅਦ ਹਿੰਦੂਆਂ ਦੀ ਗੱਲ ਰੱਖਣ ਲਈ, ਸਾਡੀ ਗੱਲ ਰੱਖਣ ਲਈ ਸਾਡੇ ਕੋਲ ਕੋਈ ਪਲੇਟਫਾਰਮ ਹੀ ਹੈ ਨਹੀਂ। ਹਿੰਦੂ ਬੋਰਡ ਦਾ ਗਠਨ ਕੀਤਾ ਜਾਵੇ ਜਿਹਦੇ ਸਾਡੇ ਹਿੰਦੂ ਸਮਾਜ ਦੇ ਜਿਹੜੇ ਮੋਹਰੀ ਨੇ, ਜਿਹੜੇ ਵੱਡੇ ਲੀਡਰ ਨੇ, ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਅਸੀਂ ਸਾਡੇ ਸਮਾਜ ਦੀ ਗੱਲ ਸੁਣਨ ਲਈ ਇੱਕ ਪਰਟੀਕੁਲਰ ਸਰਕਾਰ ਕੋਲ ਵੀ ਅਧਾਰਾ ਹੋਵੇ ਕਿ ਸਾਡੀ ਗੱਲ ਹਿੰਦੂ ਸਰਕਾਰ ਤੱਕ ਪਹੁੰਚੇ, ਪੰਜਾਬੀ ਹਿੰਦੂ ਦੀ ਗੱਲ। ਤੀਜਾ ਉਹਦੇ 'ਚ ਸੀਗਾ ਵੀ ਹਿੰਦੂਆਂ ਦੀ ਸੁਰੱਖਿਆ ਨੂੰ ਜਿਹੜਾ ਉਹ ਯਕੀਨੀ ਬਣਾਈ ਜਾਵੇ। ਅਸੀਂ ਇਹ ਨਹੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਹਰ ਬੰਦੇ ਨੂੰ ਗਨਮੈਨ ਦਿਓ, ਨਾ ਗਨਮੈਨ ਦੀ ਰਾਜਨੀਤੀ 'ਚ ਅਸੀਂ ਆਉਂਦੇ ਹਾਂ, ਲੇਕਿਨ ਜਿਹੜੇ ਅਸੀਂ ਹਿੰਦੂ ਲੀਡਰ ਕੰਮ ਕਰ ਰਹੇ ਆਪਣੇ ਧਰਮ ਲਈ, ਸਮਾਜ ਲਈ, ਉਹਨਾਂ 'ਤੇ ਹਮਲੇ ਹੋ ਰਹੇ ਨੇ। ਅਸੀਂ ਮਾਨਯੋਗ CP ਸਾਹਿਬ ਨੂੰ ਬੀਤੇ ਦਿਨੀ ਅਸੀਂ ਮੰਗ ਪੱਤਰ ਕਿਹਾ ਸੀਗਾ ਵੀ ਉਹਨਾਂ ਦੀ ਸੁਰੱਖਿਆ 'ਚ ਕਿੰਨੀ ਜ਼ਰੂਰੀ ਨਹੀਂ ਗਨਮੈਨ ਨਾਲ ਲਈ ਹੈ, ਵੀ ਅਸੀਂ ਤੁਸੀਂ ਉਹਨਾਂ ਨੂੰ ਜੇ ਸਮਝਦੇ ਹੋ ਪੋਸੀਬਲ ਤਾਂ ਉਹਨਾਂ ਸਾਨੂੰ ਆਪਣੇ ਅਸਲੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ, ਹਥਿਆਰ ਦੇ ਲਾਇਸੈਂਸ ਬਣਾ ਕੇ ਦਿੱਤੇ ਜਾਣ। ਸੋ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਸੀਗਾ ਵੀ ਸੋਸ਼ਲ ਮੀਡੀਆ 'ਤੇ ਜਿਹੜਾ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਾ, ਸੋਸ਼ਲ ਮੀਡੀਆ 'ਤੇ ਜਿਹੜਾ ਸਾਡਾ ਦੁਸ਼ਪ੍ਰਚਾਰ ਕਰਦੇ ਆ ਲੋਕ, ਉਹਨਾਂ ਦੇ ਉੱਤੇ ਬੜੀ ਢਿੱਲੀ ਕਾਰਵਾਈ ਪ੍ਰਸ਼ਾਸਨ ਕਰਦਾ, ਉਹਦੇ 'ਤੇ ਕੁਇਕ ਕਾਰਵਾਈ ਵਾਸਤੇ ਅਸੀਂ ਗਿਆਪਨ ਦੇਵਾਂਗੇ, ਉਹਨਾਂ ਦੇ ਸਖ਼ਤ ਤੋਂ ਸਖ਼ਤ ਸਜ਼ਾ ਵੀ ਦਿੱਤੀ ਜਾਵੇ, ਖਾਲੀ ਪਰਚਾ ਨਾ ਦਰਜ ਕੀਤਾ ਜਾਵੇ, ਉਹਨਾਂ ਦੇ ਉੱਤੇ ਫੜ ਕੇ ਸਜ਼ਾ ਵੀ ਦਿੱਤੀ ਜਾਵੇ। ਤੀਸਰਾ, ਜਿਵੇਂ ਸਿੱਖ ਸਮਾਜ ਦੀ ਜੇ ਆਪਾਂ ਪਰਟੀਕੁਲਰ ਮੈਂ ਗੱਲ ਕਰ ਰਿਹਾ, ਮੈਂ ਕਿਸੇ ਸਮਾਜ ਨੂੰ ਟਾਰਗੇਟ ਨਹੀਂ ਕਰ ਰਿਹਾ, ਜਿਵੇਂ ਸ਼੍ਰੀ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ, ਠੀਕ ਹੈ ਨਾ, ਸਾਡੇ ਹਿੰਦੂ ਧਰਮ ਦੇ ਵਿੱਚ ਮਾਨਤਾ ਨਹੀਂ ਹੈ, ਰਿਵਾਜ ਬਹੁਤ ਪੁਰਾਣੇ ਨੇ, ਲੇਕਿਨ ਇਹ ਵੀ ਅੱਗੇ ਅੱਗੇ ਚੱਲਦੇ ਨਹੀਂ ਆਏ। ਸੋ ਅਸੀਂ ਜਿਹੜਾ ਭੋਲੇਨਾਥ ਜੀ ਦਾ ਤ੍ਰਿਸ਼ੂਲ ਹੈ, ਜਿਵੇਂ ਤ੍ਰਿਸ਼ੂਲ ਤੁਸੀਂ ਦੇਖੋਗੇ ਮੈਂ ਧਾਰਨ ਕੀਤਾ ਹੋਇਆ, ਸਾਡੀ ਅਸੀਂ ਇਹ ਮਤਲਬ ਮੰਗ ਸਰਕਾਰ ਅੱਗੇ ਰੱਖਣੀ ਵੀ ਸਾਡਾ ਜਿਹੜਾ ਚਿੰਨ੍ਹ ਹੈ, ਧਾਰਮਿਕ ਚਿੰਨ੍ਹ, ਉਹ ਤ੍ਰਿਸ਼ੂਲ ਨੂੰ ਮਾਨਤਾ ਦਿੱਤੀ ਜਾਵੇ। ਜਿਵੇਂ ਸਿੱਖ ਸਮਾਜ ਦੇ ਲੋਕ ਸ਼੍ਰੀ ਸਾਹਿਬ ਪਾ ਕੇ ਘੁੰਮਦੇ ਨੇ, ਅਸੀਂ ਸਰੇਆਮ ਇਹ ਤ੍ਰਿਸ਼ੂਲ ਜਿਹੜਾ ਧਾਰਨ ਕਰਕੇ ਘੁੰਮ ਸਕੀਏ, ਇੱਕ ਸਾਡੀ ਮੰਗ ਜਿਹੜੀ ਸਰਕਾਰ ਨੂੰ ਅਸੀਂ ਇਹ ਦੇਣ ਜਾ ਰਹੇ ਹਾਂ। ਅਤੇ ਦੂਜੀ ਗੱਲ, ਜੇ ਸਾਨੂੰ ਸਰਕਾਰ ਇਹ ਮੰਗ ਨਹੀਂ ਰੱਖਦੀ ਵੀ ਹਿੰਦੂ ਆਪਣੀ ਸੁਰੱਖਿਆ ਲਈ ਜਾਂ ਆਪਣੇ ਧਾਰਮਿਕ ਚਿੰਨ੍ਹ ਨੂੰ ਕੈਰੀ ਨਹੀਂ ਕਰ ਸਕਦਾ, ਅਤੇ ਜਿਹੜਾ ਧਾਰਮਿਕ ਚਿੰਨ੍ਹਾਂ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ ਜਿਹੜੇ ਦੂਜੇ ਮਤਲਬ ਧਰਮ ਦੇ ਲੋਕ ਜਿਹੜੀ ਸਰੇਆਮ ਹਥਿਆਰਾਂ ਦੀ ਨੁਮਾਇਸ਼ ਕਰ ਰਹੇ ਨੇ, ਉਹ ਨੁਮਾਇਸ਼ ਬੰਦ ਕਰਾਉਣ ਲਈ ਵੀ ਅਸੀਂ ਸਰਕਾਰ ਨੂੰ ਜਿਹੜਾ ਆਪਣਾ ਮੰਗ ਪੱਤਰ ਉਹ ਦੇਵਾਂਗੇ। ਅਤੇ ਪੰਜਾਬ ਦੇ ਮੰਦਰ ਲਈ, ਜਿਵੇਂ ਬੀਤੇ ਦਿਨ ਤੁਸੀਂ ਸਾਰੀ ਜਾਣਦੇ ਹੋ ਕਿ ਸ਼ੰਗਲਾ ਲਛਵਾਲੇ ਮੰਦਰ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਟਿਆਲੇ ਕਾਲੀ ਮਾਤਾ ਮੰਦਰ 'ਤੇ ਵੀ ਹੋਇਆ। ਸੋ ਮੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ,
ਔਰ ਜਿਹੜੀ ਪੰਜਾਬ ਦੇ ਅੱਜ ਵਿਭਿੰਨ ਵਿਭਿੰਨ ਸੰਗਠਨਾਂ ਦੇ ਜਿਹੜੇ ਮੋਹਦਵਾਰ ਲੀਡਰ ਨੇ ਉਹ ਇਕੱਠੇ ਹੋਏ ਨੇ ਅਤੇ ਉਹਨਾਂ ਦੀ ਸਰਬਸਹਿਮਤੀ ਦੇ ਨਾਲ ਪੰਜਾਬ ਲੈਵਲ ਦੇ ਉੱਤੇ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਹਦੇ 'ਚ ਪੰਜਾਬ ਦੇ ਕੋਈ ਵੀ ਹਿੰਦੂਆਂ ਦੇ ਮੁੱਦੇ ਨੂੰ, ਇਹ ਨਹੀਂ ਹੋਈ ਅਲੱਗ ਅਲੱਗ ਡਫਲੀ ਵੱਜ ਰਹੀ ਹੈ ਵੀ ਕਿਸੇ ਹਿੰਦੂ ਨਾਲ ਹੋਈ ਉਹ ਕਹਿੰਦਾ ਮੇਰਾ ਸੰਗਠਨ ਫਲਾਣਾ ਵੀ ਮੇਰਾ ਕੰਮ ਨਹੀਂ ਹੈਗਾ। ਕੋਈ ਵੀ ਹਿੰਦੂ ਨਾਲ ਜਾਂ ਹਿੰਦੂ ਸੰਗਠਨ ਵਾਲੇ ਬੰਦਿਆਂ ਨਾਲ ਕੋਈ ਕੰਮ ਹੋਊਗਾ ਉਹਦੇ 'ਤੇ ਉਹ ਕੋਰ ਕਮੇਟੀ ਇਕਜੁੱਟ ਹੋ ਕੇ ਕੰਮ ਕਰੇਗੀ। ਇਹ ਅੱਜ ਦੇ ਜਿਹੜਾ ਸਾਡੀ ਮੀਟਿੰਗ ਦਾ ਮੁੱਦਾ ਸੀਗਾ ਅਤੇ ਉਸ ਤੋਂ ਇਲਾਵਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਨਾ ਚਾਹੁੰਦੇ ਹਾਂ ਵੀ ਹਿੰਦੂਆਂ ਦੀ ਜਿਹੜੀ ਸਹਿਣਸ਼ੀਲਤਾ ਉਹਨੂੰ ਨਾ ਪਰਖਿਆ ਜਾਵੇ। ਸੰਦੀਪ ਨੂੰ ਜੀ ਤੀਜਾ ਬੰਦਾ ਉਹਨਾਂ ਦਾ ਹਾਲੇ ਨਹੀਂ ਫੜਿਆ ਗਿਆ, ਉਹ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੇ, ਅੱਜ ਵੀ ਮਤੇ 'ਚ ਅਸੀਂ ਪਾਇਆ। ਔਰ ਦੂਜੀ ਗੱਲ, ਸਾਰੇ ਹਿੰਦੂ ਸੰਗਠਨਾਂ ਨੇ ਅੱਜ ਇਕੱਠੇ ਹੋਏ ਨੇ ਪੰਜਾਬ ਦੇ, ਉਹਦੇ ਵਿੱਚ ਅਸੀਂ ਸਰਬਸਹਿਮਤੀ ਨਾਲ ਜਿਹੜਾ ਮਤਾ ਪਾਰ ਕੀਤਾ ਉਹਦੇ ਵਿੱਚ ਅਸੀਂ ਹਿੰਦੂਆਂ ਨੂੰ ਜਗਾਉਣ ਲਈ, ਹਿੰਦੂ ਸਾਡੀ ਜਿਹੜੇ ਹਿੰਦੂ ਸਮਾਜ ਹੈ, ਹਿੰਦੂ ਨੇਤਾ ਨੇ ਜਾਂ ਕੋਈ ਵੀ ਹੈ ਹਿੰਦੂ ਕਮਿਊਨਿਟੀ ਨੂੰ ਜਗਾਉਣ ਲਈ, ਅੰਮ੍ਰਿਤਸਰ ਤੋਂ ਅਗਲੇ ਹਫ਼ਤੇ ਤੋਂ ਪਹਿਲੀ ਜਾਗੋ ਜਿਹੜੀ ਹੈ ਹਿੰਦੂਆਂ ਨੂੰ ਜਗਾਉਣ ਲਈ ਜਾਗੋ ਵਿਭਿੰਨ ਵਿਭਿੰਨ ਸ਼ਹਿਰਾਂ 'ਚ ਕੱਢੀ ਜਾਏਗੀ। ਉਹਦੀ ਪਹਿਲੀ ਕੜੀ ਦੇ 'ਚ ਪਹਿਲੀ ਜਾਗੋ ਜਿਹੜੀ ਹੈ ਅਗਲੇ ਹਫ਼ਤੇ ਅੰਮ੍ਰਿਤਸਰ ਤੋਂ ਅਸੀਂ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਹਰ ਹਫ਼ਤੇ ਲੜੀਵਾਰ ਲੜੀ ਹਰ ਸ਼ਹਿਰ ਦੇ ਵਿੱਚ ਜਿਹੜੀ ਜਾਗੋ ਹੈ ਹਿੰਦੂਆਂ ਨੂੰ ਜਗਾਉਣ ਲਈ ਉਹ ਕੱਢੀ ਜਾਊਗੀ। ਇਹ ਜਿਹੜਾ ਅੱਜ ਦਾ ਮੀਟਿੰਗ ਦਾ ਟੀਚਾ ਮਤਲਬ ਸਾਡਾ ਉਹ ਸੀਗਾ, ਉਹ ਤੁਹਾਨੂੰ ਕਰਦਾ। ਹੋਰ ਕੋਈ ਸਵਾਲ ਹੈ ਤਾਂ ਤੁਸੀਂ ਦੱਸੋ। ਜਾਗੋ ਬੜਾ ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ ਤੇ, ਕੀ ਹੈਗਾ ਪੰਜਾਬੀ ਜਾਗੋ? ਸਾਨੂੰ ਨਹੀਂ ਪਤਾ ਜੀ ਸੋਸ਼ਲ ਮੀਡੀਆ ਦਾ ਕੀ ਬਣਿਆ, ਅਸੀਂ ਤਾਂ ਆਪਣੇ ਮਤਾ ਪਾਸ ਕੀਤਾ, ਅਸੀਂ ਆਪਣੇ ਹਿੰਦੂ ਸਮਾਜ ਨੂੰ ਜਗਾਉਣ ਲਈ ਜਾਗੋ ਸ਼ੁਰੂ ਕਰਨੀ ਹੈ। ਉਹ ਕਹਿੰਦੇ ਸਿੱਖਾਂ ਨੂੰ ਉਕਸਾਉਣ ਵਾਸਤੇ ਵੀ ਸ਼ਿਵ ਸੈਨਾ ਨੇ, ਦੇਖੋ ਜੀ ਜਦੋਂ ਦਾ ਕੋਈ ਹੋਰ ਗੱਲ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਸਿੱਖ ਹਿੰਦੂ ਮੁਸਲਿਮ ਦਾ, ਠੀਕ ਹੈ ਨਾ, ਉਦੋਂ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿਸੇ ਨੂੰ, ਨਾ ਪ੍ਰਸ਼ਾਸਨ ਨੂੰ ਨਾ ਸਮਾਜ ਨੂੰ। ਅਸੀਂ ਕੋਈ ਗੱਲ ਕਹਿ ਦਈਏ ਅਸੀਂ ਸਿੱਖਾਂ ਨੂੰ ਉਕਸਾ ਰਹੇ ਹਾਂ, ਕਿੱਦਾਂ ਉਕਸਾ ਰਹੇ ਹਾਂ ਦੱਸੋ, ਕਿੱਥੇ ਨਾਮ ਲਿਤਾ ਸਿੱਖ ਮੈਂ, ਕਿੱਦਾਂ ਲੈ ਰਿਹਾ? ਭਾਈਚਾਰਕ ਦੇ ਸਾਰੇ ਮੇਰੇ ਮੋਢੇ ਬੜੇ ਕਮਜ਼ੋਰ ਨੇ ਭਾਜੀ, ਸਾਰਾ ਬੋਝ ਮੇਰੇ ਤੇ ਨਾ ਪਾਓ। ਭਾਈਚਾਰਕ ਸਾਂਝ ਉਦੋਂ ਨਿਭਦੀ, ਤਾੜੀ ਨੇ ਇੱਦਾਂ ਵੱਜੂਗੀ, ਇੱਦਾਂ ਨਹੀਂ ਵੱਜਣੀ। ਮਤਲਬ ਹਰ ਵਾਰੀ ਭਾਈਚਾਰਕ ਸਾਂਝ ਦਾ ਬੋਝ ਸਾਡੇ ਕੰਧਿਆਂ 'ਤੇ ਹੀ ਪਾ ਦੋਗੇ ਵੀ ਤੁਹਾਡਾ ਤਾਂ ਮਤਲਬ ਸਮਾਜ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ, ਸਾਨੂੰ ਥੱਪੜ ਵੀ ਮਾਰੋ ਸਾਨੂੰ ਰੋਣ ਵੀ ਨਾ ਦਿਓ, ਇਹ ਕੰਮ ਤਾਂ ਨਾ ਨਾ ਕਰੋ। ਘੱਟੋ ਘੱਟ ਸਾਨੂੰ ਵੀ ਤਕਲੀਫ ਹੁੰਦੀ, ਸਾਡਾ ਬੰਦਾ ਉਹ ਮਾਰ ਕੇ ਚਲੇ ਗਏ ਆਪਣੇ ਵੱਲੋਂ। ਅੱਜ ਸੰਦੀਪ ਬੋਰਾ ਸਾਹਿਬ ਬਚ ਗਿਆ, ਲੇਕਿਨ ਸਹੀ ਮਾਨੇ 'ਚ ਸੋਚੋ ਉਹ ਬਚ ਗਿਆ? ਅੱਜ ਤਾਂ DMC ਬੈਠਾ ਹੈ, ਉਹ ਦਰਦ ਨਹੀਂ ਹੁੰਦੀ ਹੋਊਗੀ, ਉਹਨੂੰ ਗੋਲੀ ਦੇ ਦੂਗਾ ਡਾਕਟਰ, ਮਿੰਟ ਬਾਅਦ ਇੰਜੈਕਸ਼ਨ ਲਾ ਦੂਗਾ, ਜਦੋਂ ਘਰ ਆਊਗਾ ਉਦੋਂ ਪਤਾ ਲੱਗੂਗਾ ਨਸ ਕਿੱਥੋਂ ਕਿੱਥੋਂ ਕੱਟੀ ਗਈ ਹੈ, ਨਸ ਕਿੱਥੋਂ ਕਿੱਥੋਂ ਕੱਟੀ ਹੈ, ਕਿੱਥੋਂ ਫਟੀ ਹੈ। ਸੋ ਇਹ ਗੱਲਾਂ ਨਾ ਕਰਿਆ ਕਰੋ, ਤੁਹਾਨੂੰ ਵੀ ਬੇਨਤੀ ਹੈ ਵੀ ਉਕਸਾ ਰਹੇ ਕੀ? ਅਸੀਂ ਉਕਸਾਇਆ, ਅਸੀਂ ਆਪਣੀ ਗੱਲ ਕਰਨ ਆਏ, ਅਸੀਂ ਆਪਣੇ ਪਰਿਵਾਰਾਂ ਦੀ ਸੇਫਟੀ ਦੀ ਗੱਲ ਕਰ ਰਹੇ ਹਾਂ, ਅਸੀਂ ਆਪਣੇ ਪਰਿਵਾਰ ਦੀ ਆਪਣੇ ਧਰਮ ਦੀ ਗੱਲ ਕਰਦੇ ਹਾਂ, ਠੀਕ ਹੈ ਨਾ। ਸੋ ਮੈਂ ਆਪਣੇ ਹਿੰਦੂ ਸਮਾਜ ਦੇ ਬੰਦਿਆਂ ਨੂੰ ਵੀ ਇੱਕ ਤੁਹਾਡੇ ਰਾਹੀਂ ਮੈਸੇਜ ਦੇਣਾ ਚਾਹੁੰਦਾ, ਤੁਸੀਂ ਅਸੀਂ ਕੋਈ ਪੇਡ ਬੰਦੇ ਨਹੀਂ ਹੈ ਕਿਸੇ ਦੇ, ਸਾਨੂੰ ਕੋਈ ਫੰਡ ਤਾਂ ਨਹੀਂ ਦੇ ਰਿਹਾ, ਅਸੀਂ ਆਪਣੇ ਬਿਜ਼ਨਸ ਆਪਣੇ ਪਰਿਵਾਰ ਨੂੰ ਦਾਅ 'ਤੇ ਲਾ ਕੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਹਾਂ, ਤੁਹਾਡੇ ਕੋਲ ਗਾਲਾਂ ਵੀ ਖਾ ਰਹੇ ਹਾਂ, ਆਪਣੇ ਆਪਣੇ ਪਰਿਵਾਰ ਦਾ ਨੁਕਸਾਨ ਵੀ ਕਰਾ ਰਹੇ ਹਾਂ। ਆ ਸੰਦੀਪ ਗੋਰਾ ਥਾਪਰ ਦੇ ਪਰਿਵਾਰ ਹੀ ਸਫ਼ਰ ਹੋ ਰਿਹਾ ਨਾ, ਅਸੀਂ ਸਫ਼ਰ ਹੋ ਰਹੇ ਹਾਂ, ਬਾਕੀ ਸਮਾਜ ਨੂੰ ਕੀ ਹੋ ਗਿਆ? ਗੋਰੇ ਥਾਪਰ ਨੇ ਕਿਹਦੇ ਨਾਲ ਠੱਗੀ ਮਾਰ ਲਈ, ਕਿਹਨੂੰ ਮਾਰਤਾ, ਕਿਹਨੂੰ ਗਲਤ ਕਹਿਤਾ? ਤੁਸੀਂ ਅਕਸਰ ਲੋਕ ਸਾਨੂੰ ਕਹਿੰਦੇ ਧਰਮ ਦੇ ਪ੍ਰਤੀ ਗਲਤ, ਕਿਹੜੇ ਇੱਕ ਹਿੰਦੂ ਲੀਡਰ ਦੀ, ਇੱਕ ਹਿੰਦੂ ਲੀਡਰ ਦੀ ਕਿਸੇ ਧਰਮ ਦੇ ਪ੍ਰਤੀ ਮੈਨੂੰ ਵੀਡੀਓ ਲਿਆ ਕੇ ਦਿਖਾ ਦਿਓ ਵੀ ਕਿਸੇ ਧਰਮ ਨੂੰ ਟਾਰਗੇਟ ਕੀਤਾ? ਆਪਣੇ ਧਰਮ ਦੀ ਗੱਲ ਰੱਖਣਾ ਹਰ ਇੱਕ ਸ਼ਖਸ ਦਾ ਫਰਜ਼ ਹੈ, ਹਿੰਦੂ ਹਿੰਦੂ ਧਰਮ ਦੀ ਗੱਲ ਕਰੇ, ਮੁਸਲਮਾਨ ਇਸਲਾਮ ਦੀ ਗੱਲ ਕਰੇ, ਪਰ ਜਦੋਂ ਆਪਾਂ ਦੂਸਰੇ ਧਰਮ ਤੇ ਕਿੰਤੂ ਪਰੰਤੂ ਕਰਦੇ ਹਾਂ ਉਹ ਕਿੰਨਾ? ਮੈਨੂੰ ਗਿਆਰੂ ਸਾਹਿਬ ਇਹ ਦੱਸੋ, ਮੈਂ 200 ਵੀਡੀਓ ਹੁਣ ਦਿਖਾ ਦੂੰਗਾ ਜਿਹੜੇ ਸਾਡੇ ਧਰਮ ਦੇ ਟਿੱਪਣੀਆਂ ਹੁੰਦੀਆਂ। ਤੁਸੀਂ ਕੰਜਕਾਂ ਕਿਉਂ ਬਿਠਾਉਂਦੇ ਹੋ ਜੀ? ਤੁਸੀਂ ਕਰਵਾ ਚੌਥ ਦੀ ਜਨਾਨੀਆਂ ਵਰਤ ਕੇ ਰੱਖਦੀਆਂ? ਅਸੀਂ ਤਾਂ ਨਹੀਂ ਕਿਹਾ, ਸਾਨੂੰ ਇੱਕ ਮਿੰਟ, ਸਾਨੂੰ ਇਹ ਕਿਹਾ ਜਾਂਦਾ ਸ਼ਿਵਲਿੰਗ ਉੱਤੇ ਦੁੱਧ ਵਿੱਚ, ਇੱਕ ਮਿੰਟ ਸਾਨੂੰ ਇਹ ਕਿਹਾ ਜਾਂਦਾ ਸ਼ਿਵਲਿੰਗ ਦੇ ਦੁੱਧ ਕਿਉਂ ਚੜਾਉਂਦੇ ਹੋ?
ਅਸੀਂ ਤਾਂ ਕਦੀ ਨਹੀਂ ਕਿਹਾ ਦਰਬਾਰ ਸਾਹਿਬ ਸਵੇਰੇ ਜਦੋਂ ਭੀੜ ਸਾਹਿਬ ਆਉਂਦੀ ਉਦੋਂ ਦੁੱਧ ਡੋਲਿਆ ਜਾਂਦਾ। ਗੱਲ ਇਹ ਹੈ ਵੀ ਸਾਡੀ ਗੱਲ ਕਿਉਂ ਫੜਦੇ ਹੋ? ਜਿਹੜੇ ਬੰਦੇ ਥਾਪਰ ਦੇ ਹਮਲਾ ਕਰਨ ਤੋਂ ਬਾਅਦ ਪਰਮਜੀਤ ਸਿੰਘ ਅਕਾਲੀ ਵਰਗੇ ਖੋਤੇ ਜ਼ਿੰਮੇਵਾਰੀ ਲੈ ਰਹੇ ਹੈ, ਫਿਰ ਕਹਿ ਰਹੇ ਮੈਂ ਪੈਸੇ ਲਾਊਂਗਾ, ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੋ ਗਈ ਭਾਅ ਜੀ। ਸੂਰੀ ਦੇ ਮਰਨ ਤੋਂ ਬਾਅਦ ਸੰਨੀ ਨੂੰ ਕਰੋੜਾਂ ਲੱਖਾਂ ਰੁਪਏ ਦੇ ਤੇ, ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੈ ਨਾ। ਇਹ ਮਰਨ ਤੋਂ ਪਹਿਲਾਂ ਨਹੀਂ ਸੁਪਾਰੀ ਦਿੰਦੇ, ਮਰਨ ਤੋਂ ਬਾਅਦ ਦਿੰਦੇ ਆ ਇਹ ਸਾਰੇ ਬੰਦਿਆਂ ਨੂੰ ਵੀ ਤੁਸੀਂ ਬੰਦੇ ਮਾਰੋ ਹਿੰਦੂ, ਅਸੀਂ ਤੁਹਾਨੂੰ ਪੈਸੇ ਦੇਵਾਂਗੇ।